ਆਉਂਦੀ ਏ ਡਾਂਗ ਵਾਲੀ ਬੇਬੇ ਤਾਂ ਮੁੰਡੇ ਨਾਲ ਹੋ ਜਾਣਾ ਸੀ ਉਹੀ ਕੰਮ, ਪਰ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਕੇ। ਇਹ ਗੱਲ ਬਿਲਕੁਲ ਅੱਜ ਸਾਬਤ ਹੋ ਗਈ ਜਦੋਂ ਇੱਕ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਉਸਨੂੰ ਕੀ ਪਤਾ ਸੀ ਮੌਤ ਦੇ ਭਿਆਨਕ ਕਾਲੇ ਬੱਦਲ ਉਸਦੇ ਸਿਰ 'ਤੇ ਮੰਡਰਾ ਰਹੇ ਨੇ ਅਤੇ ਅੱਜ ਮੌਤ ਉਸਨੂੰ ਛੂ ਕੇ ਲੰਘ ਜਾਵੇਗੀ। ਘਰ ਦੇ ਬਾਹਰ ਖੜ੍ਹੇ ਨੌਜਵਾਨ ਅਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਕੁਝ ਨੌਜਵਾਨ ਆਉਂਦੇ ਨੇ ਤਾਂ ਉਸ ਨੌਜਵਾਨ 'ਤੇ ਹਮਲਾ ਕਰ ਦਿੰਦੇ ਨੇ ਅਤੇ ਅੰਧਾ ਧੁੰਦ ਫਾਇਰਿੰਗ ਕਰ ਦਿੰਦੇ ਨੇ, ਪਰ ਉਹ ਨੌਜਵਾਨ ਉੱਥੋਂ ਭੱਜ ਕੇ ਆਪਣੇ ਘਰ ਵੱਲ ਨੂੰ ਦੌੜਦਾ ਅਤੇ ਸ਼ੂਟਰ ਵੀ ਉਸਦੇ ਪਿੱਛੇ ਅੱਗੇ ਵੱਧ ਜਾਂਦੇ ਨੇ ਤਾਂ ਅਚਾਨਕ ਇੱਕ ਦਲੇਰ ਬੇਬੇ ਡਾਂਗ ਲੈ ਕੇ ਉਹ ਸ਼ੂਟਰਾਂ 'ਤੇ ਟੁੱਟ ਪੈਂਦੀ ਹੈ ਅਤੇ ਲਗਾਤਾਰ ਫਾਇਰਿੰਗ ਕਰ ਰਹੇ ਸ਼ੂਟਰਾਂ ਨੂੰ ਭਜਾ ਦਿੰਦੀ ਹੈ। ਅਤੇ ਹੁਣ ਇਸ ਬੇਬੇ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਬੇਬੇ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ਼ੂਟਰਾਂ ਨੂੰ ਭਜਾ ਦਿੱਤਾ, ਨਹੀਂ ਤਾਂ ਵਰਦੀਆਂ ਗੋਲੀਆਂ ਵਿੱਚ ਕੋਈ ਅੱਗੇ ਨਹੀਂ ਆਉਂਦਾ ਅਤੇ ਸਭ ਆਪੋ ਆਪਣੀ ਜਾਨ ਬਚਾਉਂਦੇ ਨੇ। ਪਰ ਇਸ ਬੇਬੇ ਨੇ ਤਾਂ ਕਮਾਲ ਹੀ ਕਰ ਦਿੱਤੀ। ਤੁਸੀਂ ਇਸ ਦਲੇਰ ਬੇਬੇ ਲਈ ਕੀ ਕਹੋਗੇ, ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਬੇਬੇ ਦੀ ਦਲੇਰੀ ਦਹੋਰਾ ਤੱਕ ਵੀ ਪਹੁੰਚ ਜਾਏ।